ਜਲੰਧਰ ਦੇਹਾਤ ਪੁਲਿਸ ਨੇ ਫਿਲੌਰ 'ਚ ਹੋਏ ਅੰਨੇ ਕਤਲ ਦੀ ਗੁੱਥੀ ਦਾ ਪਰਦਾਫਾਸ਼ ਕਰਦੇ ਹੋਏ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ SSP ਜਲੰਧਰ ਦੇਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 31 ਅਕਤੂਬਰ 2019 ਨੂੰ ਫਿਲੌਰ 'ਚ ਹਰਪ੍ਰੀਤ ਸਿੰਘ ਚਿੰਟੂ ਨਾਂ ਦੇ ਨੌਜਵਾਨ ਦਾ ਅੰਨੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਕਤਲ ਨੂੰ ਸੁਲਝਾਉਣ ਲਈ ਇੱਕ ਟੀਮ ਦਾ ਗਠਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨਾਕੇਬੰਦੀ ਦੌਰਾਨ ਥਾਣਾ ਕਰਤਾਰਪੁਰ ਅਧੀਨ ਆਉਂਦੇ ਅੱਡਾ ਦਿਆਲਪੁਰ ਨੇੜਿਓਂ ਕਵਲਜੀਤ ਸਿੰਘ ਵਾਸੀ ਫਿਰੋਜ਼ਪੁਰ ਨੂੰ ਇੱਕ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕਰ ਲਿਆ, ਜਿਸ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਨੇ ਚਿੰਟੂ ਦਾ ਕਤਲ ਨਵਪ੍ਰੀਤ ਸਿੰਘ ਨਵੀ ਵੱਲੋਂ ਸੁਪਾਰੀ ਦੇਣ 'ਤੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਸੀ। ਪੁਲਿਸ ਵੱਲੋਂ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। DGP ਪੰਜਾਬ ਵੱਲੋਂ ਬਾੜੇ ਅੰਸਰਾਂ ਦੇ ਖਿਲਾਫ ਅਤੇ ਸ਼ਰਾਰਤੀ ਅੰਸਰਾਂ ਦੇ ਖਿਲਾਫ ਅਤੇ NDPS ਦੇ ਮੁਕੱਦਮੇ ਦੇ ਵਿੱਚ ਜਿਹੜੇ ਵਾਂਟਡ ਬੰਦੇ ਹੈ ਉਹਨਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਦੇ ਵਿੱਚ ਅੱਜ ਜਲੰਧਰ ਰੂਰਲ ਪੁਲਿਸ ਨੂੰ ਕਾਫੀ ਵੱਡਾ ਹੰਗਾਰਾ ਮਿਲਿਆ। ਜਦੋਂ ਅੱਜ ਸਵੇਰੇ ਨਾਕਾਬੰਦੀ ਦੌਰਾਨ ਜਿਸ ਦੀ ਹੈੱਡ ਕਰ ਰਹੇ ਸੀਗੇ ਸਾਡੇ SPD ਅਤੇ ਨਾਲ CIA ਦੇ ਇੰਚਾਰਜ ਸ਼ਿਵ ਕੁਮਾਰ, ਇੱਕ ਗੱਡੀ ਆਲਟੋ ਨੂੰ ਰੋਕ ਕੇ ਜਦੋਂ ਚੈੱਕ ਕੀਤਾ ਗਿਆ ਅਤੇ ਉਸ ਦੇ ਵਿੱਚੋਂ ਇੱਕ ਕਮਲ ਨਾਂ ਦੇ ਬੰਦੇ ਨੂੰ ਅਰੈਸਟ ਕੀਤਾ, ਜਿਸ ਦੀ ਡੱਬ ਵਿੱਚੋਂ ਇੱਕ 30 ਬੋਰ ਦਾ ਪਿਸਟਲ ਮਿਲਿਆ। ਜਦੋਂ ਉਹਦੀ ਪੁੱਛਗਿੱਛ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਫਲੋਰ ਦੇ ਵਿੱਚ 30 10 2019 ਨੂੰ ਇੱਕ ਮਰਡਰ ਹੋਇਆ ਸੀ ਹਰਪ੍ਰੀਤ ਚਿੰਟੂ ਨਾਮ ਦੇ ਬੰਦੇ ਦਾ। ਉਸਨੂੰ 13 ਵਾਰੀ ਗੋਲੀਆਂ ਮਾਰੀਆਂ ਗਈਆਂ ਸੀ 30 ਬੋਰ ਨਾਲ ਅਤੇ 9mm ਦੇ ਪਿਸਟਲ ਉਸ ਵਾਰਦਾਤ 'ਚ ਯੂਜ਼ ਹੋਏ ਸੀ। ਇਹ ਜਿਹੜਾ 30 ਬੋਰ ਦਾ ਪਿਸਟਲ ਅਸੀਂ ਰਿਕਵਰ ਕੀਤਾ ਇਸ ਬੰਦੇ ਕੋਲੋਂ, ਇਹ ਵੀ ਉਸ ਵਾਰਦਾਤ 'ਚ ਯੂਜ਼ ਹੋਇਆ ਸੀ। ਇਹਦੇ ਨਾਲ ਅੱਗੇ ਇਹ ਦੱਸਿਆ ਕਿ ਇਸ ਦੇ ਨਾਲ ਲਵ ਨਾਮ ਦਾ ਇੱਕ ਬੰਦਾ ਸੀਗਾ, ਇੱਕ ਹਰਪ੍ਰੀਤ ਚਿੰਟੂ, ਹਰਪ੍ਰੀਤ TT ਸਤਵੰਤ ਅਤੇ 2-3 ਅਣਪਛਾਤੇ ਬੰਦੇ ਸੀਗੇ ਜਿਨ੍ਹਾਂ ਨੇ ਰਲ ਕੇ ਸਲਾਹ ਕਰਕੇ ਚਿੰਟੂ ਨੂੰ ਗੋਲੀਆਂ ਮਾਰੀਆਂ ਸੀ। ਚਿੰਟੂ ਦੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਬੈਕਗਰਾਊਂਡ ਦੱਸਣਾ ਚਾਹੂੰਗਾ ਕਿ ਇਹ ਵੀ ਇੱਕ ਬਦਨਾਮ ਸਮੱਗਲਰ ਸੀਗਾ ਅਤੇ ਸਜ਼ਾ ਕੱਟ ਰਿਹਾ ਸੀ, ਬੇਲ 'ਤੇ ਆਇਆ ਸੀਗਾ ਤਕਰੀਬਨ 6 ਸਾਲ ਸਜ਼ਾ ਕੱਟ ਕੇ, ਅਤੇ ਜਦੋਂ ਬਾਹਰ ਆ ਕੇ ਵੀ ਇਹ ਹੈਰੋਇਨ ਦਾ ਹੀ ਕੰਮ ਕਰ ਰਿਹਾ ਸੀ। ਨਵ ਵੀ ਇਹਦੇ ਨਾਲ ਜੇਲ੍ਹ ਦੇ ਵਿੱਚ ਸੀ ਜਿੱਥੇ ਹੈਰੋਇਨ ਕਰਕੇ ਇਹਨਾਂ ਦੀ ਆਪਸ 'ਚ ਝਗੜਾ ਹੋਇਆ, ਅਤੇ ਨਵ ਨੇ ਇਹਨਾਂ ਬਾਕੀ ਸਾਰਿਆਂ ਨਾਲ ਹਮਸਲਾ ਹੋ ਕੇ ਅਤੇ ਇਸ ਦੇ ਕਤਲ ਦੀ ਕੌਨਸਪਰੇਸੀ ਹੈਚ ਕੀਤੀ ਅਤੇ ਇਹਨੂੰ ਮਰਡਰ ਕੀਤਾ। ਇਹਦੇ ਵਿੱਚ ਇਹ ਵੀ ਗੱਲ ਤੁਹਾਡੇ ਮੈਂ ਨੋਟਿਸ 'ਚ ਲਿਆਉਣਾ ਚਾਹੁੰਦਾ ਕਿ 6 ਤਰੀਕ ਨੂੰ ਸੋਨੀਪਤ ਦੇ ਵਿੱਚ 2 ਮੁੰਡੇ, ਇੱਕ ਜਿਹੜਾ ਹਰਪ੍ਰੀਤ TT ਹੈ ਅਤੇ ਇੱਕ ਸਤਵੰਤ, ਇਹਨਾਂ 'ਤੇ ਫਾਇਰਿੰਗ ਹੋਈ ਸੀ। ਹਰਪ੍ਰੀਤ TT ਸਾਡੇ ਲਸੂੜੀ ਸ਼ਾਹਕੋਟ ਏਰੀਆ ਦਾ ਰਹਿਣ ਵਾਲਾ, ਉਸਦੀ ਉਸ ਫਾਇਰਿੰਗ 'ਚ ਮੌਤ ਹੋ ਗਈ ਸੀ ਅਤੇ ਸਤਵੰਤ ਜਿਹੜਾ ਉੱਥੇ ਇੰਜਰਡ ਹਾਲਤ ਦੇ ਵਿੱਚ ਅਜੇ ਵੀ ਸੋਨੀਪਤ ਪੁਲਿਸ ਦੇ ਕੋਲ ਹੈਗਾ। ਇਹ 9mm ਦਾ ਪਿਸਟਲ ਜਿਹੜਾ ਦੂਸਰਾ ਸਾਡੀ ਇੱਥੇ ਇਸ ਵਾਰ ਦਾ ਚੂਜ਼ ਹੋਇਆ ਸੀ, ਇਹ ਵੀ ਉੱਥੋਂ ਰਿਕਵਰ ਹੋ ਗਿਆ। ਅਤੇ ਜਿਹੜੀ ਆਲਟੋ ਕਾਰ ਹੈ ਇਹ ਪਹਿਲਾਂ ਲਾਂਬੜੇ ਅਰਾਊਂਡ 4-5 ਤਰੀਕ ਨੂੰ ਉਸੇ 10ਵੇਂ ਮਹੀਨੇ ਦੇ ਵਿੱਚ ਇਹਨਾਂ ਨੇ ਇਹ ਕੌਨਸਪਰੇਸੀ ਸਾਰੀ ਹੈਚ ਕਰਨ ਲਈ ਉੱਥੋਂ ਖੋਈ ਸੀ। ਜਿਹੜੀ ਸਾਡੇ ਏਰੀਏ ਦੇ ਜੇ ਅਸੀਂ ਕਹੀਏ ਤਾਂ ਆਲਮੋਸਟ 2-3 ਮੁਕੱਦਮੇ ਜਿਹੜੇ ਟਰੇਸ ਹੋ ਗਏ ਨੇ, ਇਹ ਵੱਡੇ ਨਾਮੀ ਜਿਹੜੇ ਗੈਂਗਸਟਰਸ ਜਾਂ ਸਮਗਲਰਸ ਫੜੇ ਗਏ ਨੇ ਅਤੇ ਵੈਪਨਸ ਵੀ ਇਹਨਾਂ ਕੋਲੋਂ ਰਿਕਵਰ ਹੋ ਚੁੱਕੇ ਨੇ। ਇਹ ਮੋਸਟ ਪ੍ਰੋਬਬਲੀ ਆਪਣੇ ਫਿਰੋਜ਼ਪੁਰ ਵਾਲੇ ਪਿੰਡਾਂ ਨਾਲ, ਕਿਉਂਕਿ ਇਹ ਵੀ ਭੱਜਿਆ ਹੋਇਆ ਸੀ, ਘਰ 'ਤੇ ਜਾਂਦਾ ਨਹੀਂ ਸੀਗਾ, ਅਤੇ ਇਹ ਹੁਣ ਪੁੱਛਗਿੱਛ ਕਰਾਂਗੇ ਕਿੱਥੇ ਜਾ ਰਿਹਾ ਸੀ। ਬਟ ਇਹ ਕਰਤਾਰਪੁਰ ਅੱਡੇ ਦੇ ਵਿੱਚੋਂ ਇਹਨੂੰ ਕਾਬੂ ਕੀਤਾ ਗਿਆ। ਇਸ ਮੁੰਡੇ 'ਤੇ ਕੋਈ ਪਰਚੇ ਦਰਜ ਨਹੀਂ ਹੈਗੇ।